ਪ੍ਰਿਕਲ ਜੀ ਮੈਂ ਹਰਜੋਤ ਕੋਰ ਤੁਹਾਨੂੰ ਵੇਖ ਲਓ ਸਾਡਾ ਖਾਸ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ ਤੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਜੀ ਕੈਨੇਡਾ ਦੇ ਉੱਪਰ ਕਿਉਂਕਿ ਕੈਨੇਡਾ ਨੂੰ ਲੈ ਕੇ ਸਟੂਡੈਂਟਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ ਪਿੱਛੇ ਅਸੀਂ ਬਹੁਤ ਸਾਰੀਆਂ ਰਿਫਿਊਜ਼ਲਸ ਦੇਖੀਆਂ ਨੇ ਕਿ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਵਿੱਚ ਰਿਫਿਊਜ਼ਲਸ ਲੱਗੀਆਂ ਨੇ ਤੇ ਅੱਜ ਦੇ ਟਾਈਮ ਵਿੱਚ ਜੇਕਰ ਸਟੂਡੈਂਟਸ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਨੇ ਕੀ ਅਪਡੇਟਸ ਨੇ ਕੀ ਹੁਣ ਅਪਰੂਵਲਸ ਆਣੀਆਂ ਸ਼ੁਰੂ ਹੋ ਗਈਆਂ ਨੇ ਇਸੇ ਬਾਰੇ ਡਿਟੇਲਸ ਗੱਲ ਕਰਾਂਗੇ ਇਸ ਲਈ ਪੂਰਾ ਸਾਡਾ ਜੋ ਪ੍ਰੋਗਰਾਮ ਸਾਡੇ ਨਾਲ ਗੱਲਬਾਤ ਲਈ ਮੌਜੂਦ ਨੇ ਕਨੈਕਟ ਓਵਰਸੀਜ਼ ਤੋਂ ਬਹੁਤ ਹੀ ਮਾਹਿਰ ਸਲਾਹ ਦੇਣ ਆਏ ਨੇ ਸਾਡੇ ਕੋਲ ਸਾਡੇ ਪ੍ਰੋਗਰਾਮ ਦੇ ਵਿੱਚ ਨਿਰਮਲ ਚਾਵਲਾ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪਾਂ ਹੁਣ ਕੈਨੇਡਾ ਦੀ ਹੀ ਗੱਲ ਕਰੀਆ ਹਰ ਕੋਈ ਸਟੂਡੈਂਟ ਜਾਣਨਾ ਚਾਹੁੰਦਾ ਕੀ ਅਪਡੇਟ ਹੈ ਪਹਿਲਾਂ ਇਹਨੇ ਸਾਰੇ ਰਿਫਿਊਜ਼ਲ ਆ ਗਏ ਕੀ ਹੁਣ ਅੱਗੋਂ ਜਿਹੜੀਆਂ ਪ੍ਰੋਫਾਈਲਸ ਲੱਗਣਗੀਆਂ ਉਹਨਾਂ ਉੱਪਰ ਕਿਤੇ ਰਿਫਿਊਜ਼ਲ ਤਾਂ ਨਹੀਂ ਆਏਗਾ ਅਪਡੇਟਸ ਕੀ ਨੇ ਹੁਣ ਹਰਜੋਤ ਮੈਂ ਸਟੂਡੈਂਟ ਨੂੰ ਦੱਸਣਾ ਚਾਹੂੰਗਾ ਜੀ ਕਿ मेजर रिफ्यूजल्स आई हैं मैं इतने तक रिफ्यूजल देखे कि बच्चा दे 94% नॉन मेडिकल च 10+2 ਦੇ ਵਿੱਚ ਐਂਡ ਸੈਵਨ ਬੈਂਡਸ ਹੈ ਐਂਡ ਉਹਨਾਂ ਦਾ ਕੇਸ ਰਿਫਿਊਜ਼ਡ ਹੈ ਬਟ ਜਦसे बड़ी डीपली मैं केसेस देखे मैं काज अपकम अक्रॉस ਮੈਨੂੰ ਘੱਟੋ ਘੱਟ 12 15 ਕੇਸੇ ਮੇਰੇ ਨਜ਼ਰ ਚ ਆਏ ਹਨ ਸਾਰਿਆਂ ਵਿੱਚ ਇੱਕੋ ਮੇਜਰ ਚੀਜ਼ ਮੈਂ ਦੇਖੀ ਕਿ ਸਟੇਟਮੈਂਟ ਆਫ ਪਰਪਸ ਜਿਹੜੀ ਬਣੀ ਹੈ ਉਹ ਬਿਲਕੁਲ ਪ੍ਰੋਪਰ ਨਹੀਂ ਬਣੀ ਠੀਕ ਹੈ एजेंट्स मेनली ਜਿਹੜੀ ਸਟੇਟਮੈਂਟ ਆਫ ਪਰਪਸ ਹੈ ਕਾਪੀ ਪੇਸਟ ਕਰ ਰਹੇ ਹਨ ਜਿੱਦਾਂ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਪਲੇਗਰੀਸਮ ਦੇ ਵਿੱਚ ਸਟੇਟਮੈਂਟ ਆਫ ਪਰਪਸ ਜੇਕਰ ਕਾਪੀਡ ਹੋਏ ਤੇ ਵੀਜ਼ਾ ਗ੍ਰਾਂਟ ਨਹੀਂ ਹੁੰਦਾ ਇਸ ਟਾਈਮ ਦੇ ਵਿੱਚ ਅਸੀਂ ਮੇਜਰਲੀ ਸਟੇਟਮੈਂਟ ਆਫ ਪਰਪਸ ਦੇਖੀ ਹੈ ਜਦੇ ਵਿੱਚ ਲੋਕਾਂ ਨੇ ਕੱਟ ਪੇਸਟ ਕਾਪੀਆਂ ਕੀਤੀਆਂ ਐਂਡ ਉਸ ਦੇ ਬੇਸ ਤੇ ਵੀਜ਼ਾ ਰਿਫਿਊਜ਼ਡ ਹੈ ਐਂਡ ਜਿਹੜੀ ਸਟੇਟਮੈਂਟ ਆਫ ਪਰਪਸ ਬੜੀ ਸਪੈਸੀਫਿਕ ਅੱਛੀ ਬਣੀ ਹੋਣੀ ਚਾਹੀਦੀ ਹੈ ਜਿਹੜਾ ਕਿ ਤੁਹਾਨੂੰ ਦੱਸੇ ਕਿ ਮੈਂ ਕੀ ਕੀਤਾ ਮੈਂ ਕੀ ਕਰਨ ਜਾ ਰਿਹਾ ਤੇ ਮੈਨੂੰ ਕੋਰਸ ਦਾ ਆਊਟਕਮ ਕੀ ਹੈ ਅਗਰ ਉਹ ਤੁਹਾਡੀ ਕਲੈਰਿਟੀ ਹੈ ਤੇ ਵੀਜ਼ੇ ਦੀ ਕੋਈ ਡਿਫਿਕਲਟੀ ਨਹੀਂ ਵੀਜ਼ਾ ਪਹਿਲੇ ਹੀ ਮਿਲ ਰਿਹਾ ਸੀ ਅੱਜ ਵੀ ਮਿਲ ਰਿਹਾ ਹੈ ਹਮ ਜੀ ਬਿਲਕੁਲ ਸੋ ਜਿਹੜੇ ਵੀ ਸਟੂਡੈਂਟਸ ਇਸ ਗੱਲ ਨੂੰ ਲੈ ਕੇ ਘਬਰਾਏ ਹੋਏ ਨੇ ਕਿ ਕਿਤੇ ਪਹਿਲਾਂ ਦੀ ਤਰ੍ਹਾਂ ਹੁਣ ਫਿਰ ਤੋਂ ਰਿਫਿਊਜ਼ਲ ਸਾਂ ਨਹੀਂ ਸੋ ਨਹੀਂ ਅਜੇ ਘਬਰਾਉਣ ਵਾਲੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੇ ਇੱਕ ਹੋਰ ਚੀਜ਼ ਦੇਖੀ ਜਾਂਦੀ ਹੈ ਕਿ ਵੀ ਕਈ ਵਾਰੀ ਦੇਖਿਆ ਨੇ ਕਿ ਓਵਰਆਲ ਸਿਕਸ ਇੱਕ ਵਿੱਚ ਘੱਟ ਰਹਿ ਜਾਂਦੇ ਆ ਮੋਡਿਊਲ ਦੇ ਵਿੱਚ ਨਾ 5.5 ਆ ਜਾਂਦੇ ਨੇ ਤੇ ਕੀ ਉਹਨਾਂ ਦਾ ਵੀ ਵੀਜ਼ਾ ਲੱਗ ਸਕਦਾ ਕਿਉਂਕਿ ਹੁਣ ਪਿੱਛੇ ਗੱਲਾਂ ਇਹ ਵੀ ਆਈਆਂ ਕਿ ਜਿਨ੍ਹਾਂ ਦੇ ਹੁਣ ਰਿਫਿਊਜ਼ਲ ਆਏ ਉਹਨਾਂ ਵਿੱਚੋਂ ਜ਼ਿਆਦਾਤਰ ਕੁਝ ਪ੍ਰੋਫਾਈਲ ਐਸੀਆਂ ਸੀ ਜਿਨ੍ਹਾਂ ਦੇ ਇੱਕ ਜਾਂ ਦੋ ਮੋਡਿਊਲ ਦੇ ਵਿੱਚ 5.5 ਬੈਂਡ ਆਏ ਹੋਏ ਸੀ हां हरजोत मैं कहना चाहूंगा जिन्हे जेड़े बच्चे दे 2.55 बैंड है जी ट्राई करो इम्प्रूव कर लन हम्म हम्म एक 5.5 बैंड दे ਸਾਡੇ ਵੀਜ਼ਾਸ ਆਏ ਹੈ ਐਨਾ ਜੇ ਕੋਈ ਆਫਿਸ ਹੈ ਕਿ ਮੈਂ ਦਿਖਾ ਵੀ ਸਕਦਾ ਜੀ 5.5 ਇੱਕ ਵਿੱਚ ਵੀਜ਼ਾ ਐਕਸੈਪਟ ਕਰਦੇ ਹੈ ਪ੍ਰੋਵਾਈਡਡ ਜਿਹੜਾ ਮੈਂ ਪਹਿਲੇ ਗੱਲ ਕੀਤੀ ਤੁਹਾਡਾ ਐਪਲੀਕੇਸ਼ਨ ਪ੍ਰੋਪਰ ਪਈ ਹੈ ਤੁਹਾਡੇ ਏਜੰਟ ਦੀ ਐਕਸਪਰਟਾਈਜ਼ ਹੈ ਕਿ ਉਹ ਐਪਲੀਕੇਸ਼ਨ ਤੁਹਾਡੀ ਪ੍ਰੋਪਰ ਪੰਦਾ ਪ੍ਰੋਪਰਲੀ ਉਸ ਦੀ ਸਟੇਟਮੈਂਟ ਆਫ ਪਰਪਸ ਪੰਦਾ ਐਂਡ ਲਾਸਟ ਟੂ ਲਾਸਟ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਇੱਕ ਕਿ ਉਹਨਾਂ ਦਾ ਜਿਹੜਾ ਕੋਰਸ ਹੈ ਉਹ ਰੈਲੇਵੈਂਟ ਹੋਣਾ ਚਾਹੀਦਾ ਅਗਰ ਕੋਰਸ ਹੀ ਨਹੀਂ ਰੈਲੇਵੈਂਟ ਤੁਹਾਡੇ ਕੋਲ ਸੱਤ ਬੈਂਡ ਹੈ ਤਾਂ ਵੀ ਤੇ ਵੀਜ਼ਾ ਰਿਫਿਊਜ਼ ਹੋ ਹੀ ਜਾਂਦਾ ਹੈ ਜੀ 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 ਸੋ ਕੋਰਸ ਰੈਲੇਵੈਂਸੀ ਬਹੁਤ ਜ਼ਰੂਰੀ ਹੈ ਜਲਬਾਜੀ ਨਾ ਕਰਨ ਬੱਚੇ ਕਿ ਅਸੀਂ ਐਂਟਰ ਕਰਨਾ ਜੀ ਕੋਰਸ ਅਗਰ ਇੱਕ ਡੈਸਟੀਨੇਸ਼ਨ ਜਾਣਾ ਉਹ ਉਹਨਾਂ ਦਾ ਰੈਲੇਵੈਂਟ ਕੋਰਸ ਨਹੀਂ ਉਸ ਉਸ ਟਾਈਮ ਦੇ ਵਿੱਚ ਤੇ ਉਹ ਕੀ ਕਰਦੇ ਆ ਦੂਜਾ ਕੋਈ ਕੋਰਸ ਲੈ ਕੇ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਉੱਤੇ ਆ ਕੇ ਚੇਂਜ ਕਰ ਲਾਂਗੇ ਉਹ ਚੀਜ਼ ਨਾ ਕਰਨ ਜੀ ਬਿਲਕੁਲ ਸੋ ਅੱਜ ਖਾਸ ਤੌਰ ਤੇ ਅਸੀਂ ਉਸੇ ਗੱਲਾਂ ਦੇ ਉੱਪਰ ਜ਼ਿਆਦਾ ਜ਼ੋਰ ਪਾ ਕੇ ਤੁਹਾਨੂੰ ਕਹਿਣਾ ਚਾਹਾਂਗੇ ਕਿ ਤੁਸੀਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਨੇ ਤਾਂ ਕਿ ਤੁਹਾਡੀ ਪ੍ਰੋਫਾਈਲ ਵਧੀਆ ਕਿਉਂਕਿ ਬਹੁਤ ਅੱਛੀ ਪ੍ਰੋਫਾਈਲ ਨੂੰ ਵੀ ਕਈ ਵਾਰੀ ਰਿਫਿਊਜ਼ਲ ਆ ਜਾਂਦਾ ਹੈ ਸੋ ਕਿਹੜੀਆਂ ਗਲਤੀਆਂ ਤੁਸੀਂ ਨਹੀਂ ਕਰਨੀਆਂ ਤਾਂ ਕਿ ਤੁਹਾਡਾ ਸਕਸੈਸਫੁਲੀ ਵੀਜ਼ਾ ਲੱਗ ਸਕੇ ਅਗਰ ਤੁਸੀਂ ਕੈਨੇਡਾ ਲਈ ਅਪਲਾਈ ਕਰ ਰਹੇ ਹੋ ਅੱਜ ਕੈਨੇਡਾ ਦੀ ਕੈਨੇਡਾ ਦਾ ਹੀ ਸਪੈਸ਼ਲ ਅਸੀਂ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਤੇ ਕੋਈ ਹੋਰ ਤੁਹਾਡੇ ਮਨ ਵਿੱਚ ਸਵਾਲ ਹੋਵੇ ਕੁਇਰੀ ਹੈ ਤਾਂ ਤੁਸੀਂ ਜੋ ਸਕਰੀਨ ਤੇ ਨੰਬਰ ਡਿਸਪਲੇ ਹੋ ਰ ਕੇ ਕਨੈਕਟ ওভারਸੀਜ਼ੀ ਟੀਮ ਜੋ ਹਮੇਸ਼ਾ ਹੀ ਸਟੂਡੈਂਟਸ ਨੂੰ ਸਹੀ ਸਲਾਹ ਦੇਣ ਦੇ ਲਈ ਬੈਠੀ ਹੈ ਤੁਸੀਂ ਉਹਨਾਂ ਤੋਂ ਸਲਾਹ ਲੈ ਕੇ ਹੀ ਅੱਗੋਂ ਆਪਣਾ ਕੋਈ ਡਿਸੀਜਨ ਲੈ ਸਕੋ ਤੇ ਕਈ ਸਾਲਾਂ ਤੋਂ ਜੋ ਹੈ ਕਨੈਕਟ ওভারਸੀਜ਼ ਤੋਂ ਸਲਾਹ ਲੈ ਕੇ ਕਈ ਸਟੂਡੈਂਟਸ ਆਪਣਾ ਫਿਚਰ ਬ੍ਰਾਈਟ ਬਣਾ ਚੁੱਕੇ ਨੇ ਤੁਸੀਂ ਵੀ ਆਪਣਾ ਫਿਚਰ ਬ੍ਰਾਈਟ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਡਾਕੂਮੈਂਟਸ ਲੈ ਕੇ ਇਹਨਾਂ ਦੇ ਆਫਿਸ ਜ਼ਰੂਰ ਵਿਜ਼ਿਟ ਕਰ ਲਓ ਇੱਥੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਨਵੀਂ ਪ੍ਰੋਫਾਈਲ ਦੀ ਤਾਂ ਅਸੀਂ ਚਲੋ ਗੱਲ ਕਰ ਰਹੇ ਹਾਂ ਸਟੂਡੈਂਟ ਅੱਛੀ ਪ੍ਰੋਫਾਈਲ ਹੁੰਦੀ ਉਹਨਾਂ ਦਾ ਵੀਜ਼ਾ ਲੱਗ ਜਾਂਦਾ ਪਰ ਜਿਹੜੇ ਕੁਝ ਰਿਫਿਊਜ਼ ਉਹਨਾਂ ਨੂੰ ਜ਼ਰੂਰ ਫੋਕਸ ਕਰਨਾ ਚਾਹੀਦਾ ਹੈ ਹਰ ਜੋ ਜਿੱਦਾਂ ਮੈਂ ਪਹਿਲੇ ਕਿਹਾ ਇੱਕ ਤੇ ਆਪਣਾ ਰਿਲੇਵੈਂਟ ਕੋਰਸ ਹੋਏ ਜੀ ਰਿਲੇਵੈਂਟ ਕੋਰਸ ਦੇ ਨਾਲ ਆਪਣੀ ਰੀਜ਼ਨਿੰਗ ਪ੍ਰੋਪਰ ਐਸਟੇਟਮੈਂਟ ਆਪ ਪਰਪਸ ਦੇ ਵਿੱਚ ਐਂਡ ਰਿਫਿਊਜ਼ਲ ਲੈਟਰ ਬੜੇ ਧਿਆਨ ਨਾਲ ਪੜਨ ਪਿੱਛੇ ਮੈਂ ਇੱਕ ਰਿਫਿਊਜ਼ਲ ਲੈਟਰ ਸਟੂਡੈਂਟ ਦੀ ਦੇਖੀ ਹੈ ਉਹਦੇ ਏਜੰਟ ਨੇ ਉਹਨੂੰ 6 ਮੰਥ ਦੀ ਫੀਸ ਅਪਲਾਈ ਪੇ ਕਰਕੇ ਅਪਲਾਈ ਕੀਤਾ ਸੀ ਐਂਡ 100 5.5 ਬੈਂਡ ਸੀ ਇੱਕ ਤੇ 6 ਮੰਦੀ ਫੀਸ ਸੀਗਾ ਸੋ ਉਹਦੇ ਨਾਰਮਲ ਸਟੂਡੈਂਟ ਦੇ ਦਿਮਾਗ ਇਸੇ ਦਾ 5.5 ਬੈਂਡ ਦੇ ਬੇਸਿਸ ਤੇ ਆਇਆ ਸਾਡਾ ਰਿਫਿਊਜ਼ਲ ਬਟ ਜਦ ਅਸੀਂ ਪ੍ਰੋਪਰ ਰਿਫਿਊਜ਼ਲ ਲੈਟਰ ਦੇਖੀ ਤੇ ਉਹਦੇ ਵਿੱਚ ਮੈਂਸ਼ਨ ਸੀਗਾ ਕਿ ਸਟੂਡੈਂਟ ਫਾਈਨੈਂਸ਼ਲੀ ਸਟਰੋਂਗ ਨਹੀਂ ਹੈ ਸੋ ਇੱਕ ਤੇ 1 ਇਅਰ ਫੀ ਜੁਰੂ ਪੇ ਕਰਨ ਤੇ ਇੱਕ ਜੀਆਈਸੀ ਜੁਰੂ ਪੇ ਕਰਨ ਜੀ ਸੋ ਬੈਟਰ ਹੈਗਾ ਕਿ ਥੈਟ ਦੇ ਸ਼ੁੱਡ ਪੇ ਥੈਟ ਸੈਕੰਡ ਕਈ ਸਟੂਡੈਂਟਸ ਨੇ ਦੁਬਾਰਾ ਐਪਲੀਕੇਸ਼ਨ ਲਈ ਆਫਟਰ ਰਿਫਿਊਜ਼ਲ ਉਹ ਨੋਨ ਐਸਡੀਐਸ ਐਪਲੀਕੇਸ਼ਨ 카ਉਂਟ ਹੁੰਦੀ ਹੈ ਬਟ ਏਜੰਟਸ ਕੀ ਕਰਦੇ ਹਨ ਉਸ ਕਈ ਏਜੰਸੀਆਂ ਨੇ ਜਿਨ੍ਹਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਉਹ ਦੁਬਾਰਾ ਐਪਲੀਕੇਸ਼ਨ ਐਸਡੀਐਸ ਦੇ ਵਿੱਚ ਲਾ ਦਿੰਦੇ ਹੈਗੇ ਮਤਲਬ ਵਿਦਆਊਟ ਐਨੀ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਸੋ ਸੈਕੰਡ ਟਾਈਮ ਫਿਰ ਉਹਦਾ ਰਿਫਿਊਜ਼ ਲ ਆ ਜਾਂਦਾ ਹੈ ਜੀ ਸੋ ਰਿਫਿਊਜ਼ਲ ਐਪਲੀਕੇਸ਼ਨ ਬੜੇ ਧਿਆਨ ਨਾਲ ਕਰਨ ਐਂਡ ਜੇ ਕੋਈ ਆਣਾ ਚਾਹੁੰਦਾ ਹੈ ਮੇਰੀ ਕੰਸਲਟੇਸ਼ਨ ਬਿਲਕੁਲ ਫਰੀ ਹੈ ਦੇ ਕੈਨ ਕਮ ਜੀ ਜੀ ਬਿਲਕੁਲ ਤੁਸੀਂ ਅਗਰ ਮਿਲਣਾ ਚਾਹੁੰਦੇ ਹੋ ਨਿਰਮਲ ਚਾਲਵਾ ਜੀ ਸਾਨੂੰ ਤਾਂ ਤੁਸੀਂ ਬਿਲਕੁਲ ਇਹਨਾਂ ਦੇ ਆਫਿਸਿਸ ਵਿੱਚ ਵਿਜ਼ਿਟ ਕਰ ਸਕਦੇ ਹੋ ਲੇਕਿਨ ਅਪਾਇੰਟਮੈਂਟ ਲੈ ਕੇ ਕਿਉਂਕਿ ਅਲੱਗ-ਅਲੱਗ ਥਾਵਾਂ ਤੇ ਇਹਨਾਂ ਦੇ ਆਫਿਸਿਸ ਨੇ ਅੰਮ੍ਰਿਤਸਰ, ਕੈਥਲ, ਮੁਹਾਲੀ ਅਤੇ ਯਮੁਨਾ ਨਗਰ ਵਿੱਚ ਇਹਨਾਂ ਦੇ ਆਫਿਸ ਹੈ ਇਹਨਾਂ ਦੀ ਬਹੁਤ ਹੀ ਮਾਹਿਰ ਟੀਮ ਵੀ ਇਹਨਾਂ ਸਾਰੇ ਆਫਿਸਿਸ ਵਿੱਚ ਬੈਠੀ ਹੈ ਜੋ ਕਿ ਤੁਹਾਨੂੰ ਸਹੀ ਤਰੀਕੇ ਨਾਲ ਸਹੀ ਗਾਈਡੈਂਸ ਦੇਣਗੇ ਕਿ ਤੁਹਾਡੇ ਲਈ ਕੀ ਅੱਗੋਂ ਬੈਟਰ ਹੋ ਸਕਦਾ ਹੈ ਕਿਸ ਦੇ ਨਾਲ ਤੁਸੀਂ ਆਪਣੇ ਫਿਚਰ ਨੂੰ ਬ੍ਰਾਈਟ ਕਰ ਸਕਦੇ ਹੋ ਇੱਥੇ ਚੀਜ਼ ਜਾਨਣਾ ਚਾਹੂੰਗੀ ਲਾਈਕ ਅਗਰ ਅਸੀਂ ਗੱਲ ਕਰਦੇ ਹਾਂ ਕੋਰਸ ਰੈਲੇਵੈਂਸੀ ਦੀ ਔਰ ਕੋਰਸ ਨੂੰ ਕਰਨਾ ਚਾਹੁੰਦਾ ਹੈ ਤਾਂ ਉਹ ਕਿਵੇਂ ਜਸਟੀਫਾਈ ਕਰ ਸਕਦਾ ਆਪਣੇ ਡਾਕੂਮੈਂਟਸ ਦੇ ਵਿੱਚ ਉਸ ਨੂੰ ਹਰ ਜੋ ਤੇ ਇਹਨਾਂ ਅਸੀਂ ਕਹਿੰਨੇ ਚੇਂਜ ਆਫ ਕੈਰੀਅਰ ਪਾਥ ਜੀ ਚੇਂਜ ਆਫ ਕੈਰੀਅਰ ਪਾਥ ਅਗਰ ਕਿਸੇ ਨੇ ਕਰਨਾ ਹੈ ਜਿਸਾਂ ਕੋਈ ਇੱਕ ਪਾਰਟिकुलर ਉਹਦੀ ਕੁਆਲਿਫੀਕੇਸ਼ਨ ਕੁਝ ਹੋਰ ਹੈ ਤੇ ਕੋਈ ਡਿਫਰੈਂਟ ਕੋਰਸ ਜਾਨਾ ਚਾਹੁੰਦਾ ਹੈ ਸਪੈਸ਼ਲਾਈਜ਼ ਕਰਨਾ ਚਾਹੁੰਦਾ ਕੋਰਸ ਸੋ ਉਹ ਬੜੇ ਕਲੀਅਰਲੀ ਆਪਣੇ ਵੀਜ਼ਾ ਆਫਸਰ ਨੂੰ ਮੈਂਸ਼ਨ ਕਰੇ ਕਿ ਮੈਂ ਆਪਣਾ ਜਿਹੜਾ ਕੋਰਸ ਹੈ ਆਪਣਾ ਜਿਹੜਾ ਕੈਰੀਅਰ ਹੈ ਮੈਂ ਕੈਰੀਅਰ ਚੇਂਜ ਕਰਨਾ ਚਾਹੁੰਦਾ ਇਨਟੂ ਡਿਫਰੈਂਟ ਫੀਲਡ ਠੀਕ ਹੈ ਤੇ ਉਸਦੇ ਜਿਹੜੀ ਡਿਫਰੈਂਟ ਫੀਲਡ ਦਾ ਕੈਰੀਅਰ ਕਰਨਾ ਚਾਹੁੰਦਾ ਹੈ ਉਹਦੇ ਆਪਣੇ ਰਿਸਰਚ ਬੇਸਡ ਸਟੇਟਮੈਂਟ ਆਫ ਪਰਪਸ ਨਾਲ ਰਿਸਰਚ ਕਰਕੇ ਦੱਸੇ ਕਿ ਜੀ ਮੈਨੂੰ ਉਸ ਫੀਲਡ ਦੇ ਵਿੱਚ ਜਾ ਕੇ ਮੈਨੂੰ ਕੀ ਬੇਨਫਿਟ ਹੈ ਔਰ ਮੇਰਾ ਕੈਰੀਅਰ ਆਊਟਕਮ ਕੀ ਹੋਏਗਾ ਜੀ ਅਗਰ ਉਹ ਕਲੀਅਰਲੀ ਐਕਸਪਲੇਨ ਕਰਦਾ ਟੂ ਵੀਜ਼ਾ ਆਫਸਰ ਨੋ 99% ਵੀਜ਼ਾ ਆ ਜਾਏਗਾ ਕੋਈ ਐਸੀ ਗੱਲ ਨਹੀਂ ਹੈ ਜੀ ਬਿਲਕੁਲ ਕਿਉਂਕਿ ਇਹ ਸਵਾਲ ਵੀ ਸਾਡੇ ਕੋਲ ਕਈ ਵਾਰੀ ਆਂਦਾ ਹੈ ਕਿ ਵੀ ਇਸ ਕੁਝ ਸਟੂਡੈਂਟਸ ਦੀ ਇੰਟੈਂਸ਼ਨ ਇਹ ਹੁੰਦੀ ਹੈ ਕਿ ਅਸੀਂ ਵਾਕਈ ਜੋ ਪਹਿਲਾਂ ਕੋਰਸ ਕਰ ਰਹੇ ਹਾਂ ਉਸ ਤੋਂ ਹਟ ਕੇ ਕਰਨਾ ਚਾਹੁੰਦੇ ਹਾਂ ਤੇ ਅਸੀਂ ਕਿਵੇਂ ਇਸ ਨੂੰ ਅਪਲਾਈ ਕਰ ਸਕਾਂਗੇ ਕਿ ਸਾਡਾ ਇੱਥੇ ਰਿਫਿਊਜ਼ਲ ਤਾਂ ਨਹੀਂ ਆਇਆ ਜਾਏਗਾ ਸੋ ਇਸੇ ਲਈ ਇਹ ਸਵਾਲ ਸੀ ਤੇ ਜਵਾਬ ਤੁਸੀਂ ਸੁਣ ਚੁੱਕੇ ਹੋ ਤੇ ਸਰ ਇੱਥੇ ਮੈਂ ਜਾਣਨਾ ਚਾਹੂੰਗੀ ਕਿ ਐਸਓਪੀ ਜੋ ਮੇਨ ਰੋਲ ਹੁੰਦਾ ਹੈ ਕਿਸੇ ਵੀ ਪ੍ਰੋਫਾਈਲ ਨੂੰ ਜਦੋਂ ਵੀਜ਼ਾ ਲਈ ਲਗਾਏ ਜਾਂਦੀ ਹੈ ਪੇਪਰ ਵਰਕ ਕੀਤਾ ਜਾਂਦਾ ਤਾਂ ਆਖਿਰ ਕੀ ਕਿਸ ਤਰ੍ਹਾਂ ਦੀ ਮਿਸਟੇਕਸ ਨੇ ਜੋ ਸਟੂਡੈਂਟ ਸੋ ਆਪਣੇ ਤੌਰ ਤੇ ਕਰ ਜਾਂਦੇ ਨੇ ਜੋ ਧਿਆਨ ਨਹੀਂ ਦਿੰਦੇ ਤੇ ਕਈ ਵਾਰੀ ਜੋ ਕੰਸਲਟੈਂਟਸ ਨੇ ਉਹਨਾਂ ਦੀ ਐਸਓਪੀ ਉੱਪਰ ਸਹੀ ਉਵੇਂ ਦਾ ਧਿਆਨ ਨਹੀਂ ਦੇ ਪਾਉਂਦੇ ਤੇ ਸਟੂਡੈਂਟ ਵੀ ਉਸ ਗਲਤੀ ਨੂੰ ਨਹੀਂ ਫੜ ਪਾਉਂਦੇ ਜਿਸ ਕਰਕੇ ਰਿਫਿਊਜ਼ਲ ਆ ਜਾਂਦੀ ਹੈ ਅ ਬੇਸਿਕਲੀ ਕਈ ਸਟੂਡੈਂਟਸ ਕੀ ਕਰਦੇ ਹੈ ਕਿ ਕਿਸੇ ਆਪਣੀ ਫਰੈਂਡ ਦੀ ਸਟੇਟਮੈਂਟ ਆਫ ਪਰਪਸ ਲੈਂਦੇ ਹੈ ਉਹਦੇ ਵਿੱਚ ਚੇਂਜਸ ਕਰਦੇ ਹੈ ਐਂਡ ਉਹ ਇਹ ਧਿਆਨ ਨਹੀਂ ਦਿੰਦੇ ਕਿ ਉਹਨਾਂ ਨਾਲ ਬਿਲਕੁਲ ਰਿਲੇਵੈਂਟ ਨਹੀਂ ਹੈ ਹਮਮ ਲੈਟਸ ਪੋਜ਼ ਅਗਰ ਮੈਂ ਤੁਹਾਨੂੰ ਗੱਲ ਕਰਾਂ ਅਗਰ ਕੁਕ ਕੁਕਰੀ ਦਾ ਕੋਰਸ ਆ ਹਸਪੀਟੈਲਿਟੀ ਦਾ ਕੋਰਸ ਕਰੀਏ ਆਪਾਂ ਤੇ ਕੋਈ ਪਟੇਸ਼ਟਰੀ ਦਾ ਕੋਰਸ ਕਰਨ ਜਾ ਰਿਹਾ ਹੈ ਤੇ ਮੋਡਿਊਲਸ ਜਾਂ ਕੁਛ ਉਹ ਚੱਕ ਕੇ ਪਟੇਸ਼ਟਰੀ ਦੇ ਹਸਪੀਟੈਲਿਟੀ ਵਿੱਚ ਪਾ ਦਿੰਦਾ ਹੈ ਜਾਂ ਕੁਕਰੀ ਕੋਰਸ ਵਿੱਚ ਪਾ ਜਾਂਦਾ ਹੈ ਜੀ ਸੋ ਯਾ ਨੈਟਵਰਕਿੰਗ ਕਰਨ ਜਾ ਰਿਹਾ ਕੋਈ ਮੁੰਡਾ ਤੇ ਸੌਫਟਵੇਅਰ ਦੇ ਕਿਸੇ ਦੀ ਸਟੇਟਮੈਂਟ ਆਫ ਪਰਪਸ ਚੱਕੀ ਤੇ ਇਸ ਰਾਈਟਿੰਗ ਅਬਾਊਟ ਸੌਫਟਵੇਅਰ ਹੂੰ ਸੋ ਦੋਨੋ ਡਿਫਰੈਂਟ ਫੀਲਡਸ ਆ ਅਗਰ ਅਸੀਂ ਆਈਟੀ ਦੇ ਗੱਲ ਕਰੀਏ ਆਈਟੀ ਵਿੱਚ ਡਿਫਰੈਂਟ ਡਿਫਰੈਂਟ ਫੀਲਡ ਆ ਨੈਟਵਰਕ ਸਿਕਿਉਰਿਟੀ ਦੀ ਅਲੱਗ ਫੀਲਡ ਹੈ ਸੌਫਟਵੇਅਰ ਡਿਵੈਲਪਮੈਂਟ ਦੀ ਅਲੱਗ ਫੀਲਡ ਹੈ ਯੂ نو ਡਿਫਰੈਂਟ ਡ ਉਸ ਟਾਈਪ ਦੇ ਕੋਰਸੇਸ ਦੇ ਉੱਤੇ ਰਿਸਰਚ ਕਰਕੇ ਉਸ ਬੇਸਿਸ ਉਸ ਦੇ ਬੇਸ ਤੇ ਆਪਣੀ ਸਟੇਟਮੈਂਟ ਆਫ ਪਰਪਸ ਬਣਾ ਐਂਡ ਇੱਕ ਮੈਂ ਬੜੀ ਸਟੂਡੈਂਟ ਨੂੰ ਸਮਝਾਣਾ ਚਾਹੁੰਗਾ ਕਦੇ ਵੀ ਤੁਸੀਂ ਗੂਗਲ ਤੇ ਸਰਚ ਮਾਰ ਕੇ ਕੱਟ ਪੇਸਟ ਨਾ ਕਰੋ ਉਹਨੂੰ ਆਪਣੀ ਪਰਸਨਲਾਈਜ਼ ਕਰੋ ਟੇਕ ਐਨ ਆਈਡੀਆ ਆਈਡੀਆ ਲੈ ਕੇ ਤੁਸੀਂ ਪਰਸਨਲਾਈਜ਼ ਕਰੋਗੇ ਤੁਹਾਡੀ ਸਟੇਟਮੈਂਟ ਆਫ ਪਰਪਸ ਜ਼ਿਆਦਾ ਬੈਟਰ ਬਣੇਗੀ ਐਂਡ ਇਟ ਬੀਅਰ ਰਿਸਰਚ ਬੇਸਟ ਸਟੇਟਮੈਂਟ ਆਫ ਪਰਪਸ ਜੀ ਜੀ ਬਿਲਕੁਲ ਸੋ ਸਟੂਡੈਂਟ ਦਾ ਖੁਦ ਦਾ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਕਾਪੀ ਪੇਸਟ ਅਗਰ ਚੀਜ਼ਾਂ ਵਿੱਚ ਪਾਓਗੇ ਤਾਂ ਰਿਫਿਊਜ਼ਲ ਉਹਨਾਂ ਕੇਸਿਸ ਦੇ ਹੀ ਆਏ ਨੇ ਜੋ ਕਾਪੀ ਪੇਸਟ ਹੁੰਦਾ ਕਰਦੇ ਆਏ ਨੇ ਸੋ ਅਵੇਅਰ ਹੋਵੋ ਆਪਣੀ ਪ੍ਰੋਫਾਈਲ ਨੂੰ ਲੈ ਕੇ ਕਿ ਜੋ ਐਸਓਪੀ ਲਗ ਜੋ ਤੁਸੀਂ ਕਰਨ ਜਾ ਰਹੇ ਹੋ ਜਿਸ ਤਰ੍ਹਾਂ ਦੀ ਸਟੱਡੀ ਜਿਸ ਯੂਨੀਵਰਸਿਟੀ ਹੈ ਜੋ ਅੱਗੋਂ ਤੁਸੀਂ ਸੋਚ ਰਹੇ ਹੋ ਉਹਦੇ ਨਾਲ ਮਿਲਦਾ ਜੁਲਦਾ ਸਭ ਕੁਝ ਹੈ ਸੋ ਇਹਨਾਂ ਚੀਜ਼ਾਂ ਵਿੱਚ ਤੁਸੀਂ ਅਵੇਅਰ ਹੋਵੋਗੇ ਤਾਂ ਜ਼ਰੂਰ ਤੁਸੀਂ ਸਕਸੈਸਫੁਲੀ ਆਪਣਾ ਵੀਜ਼ਾ ਲਗਵਾ ਸਕਦੇ ਹੋ ਕੈਨੇਡਾ ਲਈ ਤੇ ਇੱਕ ਵਾਰ ਫਿਰ ਤੋਂ ਦੱਸਦਾ ਹਾਂ ਕਿ ਤੁਸੀਂ ਅਗਰ ਸਲਾਹ ਲੈਣਾ ਚਾਹੁੰਦੇ ਹੋ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆ ਰਹੀ ਹੈ ਤਾਂ ਸਕਰੀਨ ਦੇ ਉੱਪਰ ਨੰਬਰ ਡਿਸਪਲੇ ਹੋ ਰਿਹਾ ਹੈ ਉਸ ਉੱਪਰ ਕਾਲ ਜ਼ਰੂਰ ਕਰ ਲਓ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਆਫਿਸ ਜਿਹਨਾਂ ਨੇ ਅੰਮ੍ਰਿਤਸਰ, ਕੈਥਲ, ਮੁਹਾਲੀ, ਚੰਡੀਗੜ੍ਹ ਅਤੇ ਯਮੁਨਾ ਨਗਰ ਦੇ ਵਿੱਚ ਨੇ ਤੇ ਜਿੱਥੇ ਤੁਹਾਨੂੰ ਈਜ਼ੀ ਲੱਗ ਪਹੁੰਚੇ ਤਾਂ ਖਾਸੌਰ ਤੇ ਤਾਂ ਅੰਦਾਜ਼ੀ ਹੈ ਕਿ ਕਨੈਕਟ ਓਵਰਸੀਜ਼ ਖਾਸੌਰ ਤੇ ਸਟੂਡੈਂਟਸ ਨੂੰ ਐਸਓਪੀ ਤਿਆਰ ਕਰਨ ਦੇ ਵਿੱਚ ਗਾਈਡੈਂਸ ਵੀ ਦਿੰਦੇ ਨੇ ਤੇ ਫਾਈਨਲ ਵੀ ਜਦੋਂ ਐਸਓਪੀ ਤਿਆਰ ਹੋਣੀ ਹੈ ਉਸ ਦੇ ਵਿੱਚ ਵੀ ਪੂਰਾ ਤੁਹਾਡਾ ਸਹਿਯੋਗ ਦਿੰਦੇ ਨੇ ਤਾਂ ਕਿ ਬਿਲਕੁਲ ਸਹੀ ਤਰੀਕੇ ਨਾਲ ਤੁਹਾਡੀ ਐਸਓਪੀ ਤਿਆਰ ਹੋਵੇ ਕਿਉਂਕਿ ਐਸਓਪੀ ਹੀ ਤੁਹਾਡੀ ਪ੍ਰੋਫਾਈਲ ਦੇ ਜਦੋਂ ਤੁਸੀਂ ਲਗਾਉਂਦੇ ਹੋ ਤਾਂ ਇੱਕ ਬੈਕਬੋਨ ਮੰਨੀ ਜਾਂਦੀ ਹੈ ਤੇ ਉਹਦੇ ਵਿੱਚ ਗਲਤੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਤੇ ਸਰ ਇੱਥੇ ਮੈਂ ਜਾਣਨਾ ਚਾਹੁੰਗਾ ਹੁਣ ਨੈਕਸਟ ਕਿਹੜੇ ਇਨਟੇਕ ਦੇ ਲਈ ਸਟੂਡੈਂਟਸ ਆਪਣੀ ਤਿਆਰੀ ਕਰ ਸਕਦੇ ਨੇ ਕਿਉਂਕਿ ਡਾਕੂਮੈਂਟਸ ਦਾ ਸਾਰੇ ਇਕੱਠ ਦਾ ਇਨਟੇਕ ਹੈ ਤਾਂ ਕਿ ਸਟੂਡੈਂਟਸ ਜਿਹੜੇ ਹੁਣ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਆਪਣਾ ਮਾਈਂਡ ਸੈਟ ਅਪ ਕਰ ਸਕਣ ਟਾਰਗੇਟ ਉਹਨਾਂ ਨੂੰ ਪਤਾ ਹੋਵੇ ਹਾਂਜੀ ਅ ਹਰਜੋਤ ਜਿਹੜੇ ਨੈਕਸਟ ਇਨ ਕਮਿੰਗ ਇਨਟੇਕ ਆ ਰਿਹਾ ਇੱਕ ਤੇ ਜਨਵਰੀ ਦਾ ਇਨਟੇਕ ਆ ਰਿਹਾ ਜਨਵਰੀ 2022 ਜੀ ਤੇ ਇੱਕ ਆ ਰਿਹਾ ਮਈ 2022 ਹੂੰ ਤੇ ਕਿਉਂਕਿ ਅੱਜ ਬੱਚਾ ਦੇ ਰਿਜ਼ਲਟ ਡਿਕਲੇਅਰ ਹੋ ਰਹੇ ਹਨ ਹੂੰ ਤੇ ਬੱਚਾ ਦੇ ਰਿਜ਼ਲਟ ਦੇ ਬੇਸਿਸ ਕਈ ਬੱਚੇ ਜਾਣਾ ਚਾਹੁੰਦੇ ਹਨ ਬੈਚਲਰ ਡਿਗਰੀ ਜਾਂ ਕਈ ਮਾਸਟਰਸ ਵੀ ਜਾਣਾ ਚਾਹੁੰਦੇ ਸੋ ਬੈਚਲਰ ਜਾਂ ਮਾਸਟਰ ਡਿਗਰੀ ਕਰ ਜਾਣਾ ਚਾਹੁੰਦੇ ਟੂ ਅ ਯੂਨੀਵਰਸਿਟੀ ਟਾਪ ਜਿਸ ਦੇ ਵਿੱਚ ਅਸੀਂ ਕੈਰੀਅਰ ਕਾਉਂਸਲਿੰਗ ਪ੍ਰੋਵਾਈਡ ਕਰਦੇ ਆ ਉਹ ਕਾਫੀ ਬੱਚੇ ਜਿਹੜੇ ਜਾਣਗੇ 2022 ਸਪਟੰਬਰ ਇਹ ਜਾਣਗੇ ਕਿਉਂਕਿ ਯੂਨੀਵਰਸਿਟੀ ਜਿਹੜੀ ਐਪਲੀਕੇਸ਼ਨ ਡੈਡਲਾਈਨ ਹੈ 8-9 ਮਹੀਨੇ ਪਹਿਲੇ ਬੰਦ ਹੋ ਜਾਂਦੀ ਹੈ ਸੋ ਜਿਹੜੇ ਬੱਚੇ ਡਿਪਲੋਮਾ ਜਾਣਾ ਚਾਹੁੰਦੇ ਉਹਨਾਂ ਵਾਸਤੇ ਜਨਵਰੀ ਤੇ ਮੇ ਜਾਦਾ ਫਲੈਕਸੀਬਲ ਹੈ ਬਟ ਕਈ ਬੱਚੇ ਜਿਹੜੇ ਵੱਡੀ ਯੂਨੀਵਰਸਿਟੀਆਂ ਦਾ ਸਾਈਮਨ ਫਰੇਜ਼ ਯੂਨੀਵਰਸਿਟੀ ਜਾਣਾ ਚਾਹੁੰਦੇ ਸੋ ਯੂ ਨੋ ਬਰੋਕ ਯੂਨੀਵਰਸਿਟੀ ਜਾਣਾ ਚਾਹੁੰਦੇ ਆ অন্ਟਾਰੀਓ ਟੈਕ ਯੂਨੀਵਰਸਿਟੀ ਜਾਣਾ ਚਾਹੁੰਦੇ ਆ ਕਈ ਕੋਰਸੇ ਉਹਨਾਂ ਸਿਰਫ ਸੈਪਟੈਂਬਰ ਇਨਟੇਕ ਲਈ ਓਪਨ ਹੈ ਸੋ ਬੱਚਾ ਹੁਣ ਵੀ ਸੈਪਟੈਂਬਰ ਇਨਟੇਕ ਲਈ ਆਪਣੀ ਸੀਟ ਰਿਜ਼ਰਵ ਕਰਾ ਸਕਦਾ ਜੀ ਬਿਲਕੁਲ ਤੇ ਉਮੀਦ ਕਰਦੇ ਆ ਤੁਹਾਨੂੰ ਕਈ ਸਵਾਲਾਂ ਦੇ ਜਵਾਬ ਅੱਜ ਦੇ ਇਸ ਪ੍ਰੋਗਰਾਮ ਤੋਂ ਜ਼ਰੂਰ ਮਿਲ ਗਏ ਹੋਣਗੇ ਪਰ ਜਾਂਦੇ ਜਾਂਦੇ ਸਾਰਾ ਜ਼ਰੂਰ ਤੁਹਾਡੇ ਤੋਂ ਮੈਂ ਚਾਹੂੰਗੀ ਕਿ ਸਾਰੇ ਸਟੂਡੈਂਟਸ ਨੂੰ ਜਿਹੜੇ ਕਿ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਨੇ ਇੱਕ ਮੈਸੇਜ ਜ਼ਰੂਰ ਦੋ ਇੱਕ ਸੁਨੇਹਾ ਜ਼ਰੂਰ ਦੋ ਤਾਂ ਕਿ ਉਹ ਬਿਨਾਂ ਕਿਤੇ ਕਿਸੇ ਰਿਫਿਊ ਅ ਪਹਿਲੇ ਗੱਲ ਹਰ ਜੋ ਜਦ ਬੱਚੇ ਆਲਟਸ ਅਕੈਡਮੀ ਜਾਂਦੇ ਹੈ ਦੇ ਮਸਟ ਮੀਟ ਦੀ ਟੀਚਰ ਟੀਚਰ ਨੂੰ ਮਿਲ ਕੇ ਆਲਟਸ ਅਕੈਡਮੀ ਜੁਆਇਨ ਕਰੋ ਅਗਰ ਟੀਚਰ ਦੀ ਇਸ ਪ੍ਰੋਫੀਸ਼ੈਂਸੀ ਬਹੁਤ ਅੱਛੀ ਹੈ ਓਨਲੀ ਤਾਂ ਤੁਹਾਨੂੰ ਗਾਈਡ ਕਰ ਸਕਦੀ ਹੈ ਅਗਰ ਕਿਸ ਅਕੈਡਮੀ 100 ਬੱਚਾ ਬੈਠਾ ਹੈ ਔਰ ਟੀਚਰ ਦੀ ਪ੍ਰੋਫੀਸ਼ੈਂਸੀ ਨਹੀਂ ਹੈ ਤੇ ਤੁਹਾਨੂੰ ਉਸ ਅਕੈਡਮੀ 3 ਮਹੀਨੇ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਹੈ ਸੈਕੰਡ ਰਿਸਰਚ ਜ਼ਰੂਰ ਕਰਨ ਕਿ ਉਹ ਕਿਹੜਾ ਕੋਰਸ ਕਰਨਾ ਚਾਹੁੰਦੇ ਹੈ ਔਰ ਕਿਹੜੇ ਕੋਰਸ ਉਹਨਾਂ ਨੂੰ ਕੈਰੀਅਰ ਕਿਹੜਾ ਬਣਾਉਣਾ ਚਾਹੁੰਦੇ ਹੈ क्योंकि कैरियर जिस चीज़ से बनाना चाहते हैं कोर्स पिकअप करन hmm. अगर वो वाइट कॉलर जॉब करना चाहते हैं तो बिजनेस मैनेजमेंट का कोर्स करन अगर दे कैन वर्क एज शेफ और कुक दे कैन डू दैट ਯਾ ਆਪਣਾ ਇੰਟਰਸਟ ਵਾਲਾ ਕੋਰਸ ਪਿਕ ਕਰਨ ਜੀ ਬਿਲਕੁਲ ਸੋ ਇਹਨਾਂ ਸਭ ਚੀਜ਼ਾਂ ਵੱਲ ਧਿਆਨ ਰੱਖਦੇ ਹੋਏ ਹੀ ਇੱਕ ਜੈਨੂਇਨ ਵੇਧ ਨਾਲ ਚੰਗੀ ਸਲਾਹ ਦੇ ਨਾਲ ਤੁਸੀਂ ਅੱਗੇ ਵਧੋ ਤੇ ਕਨੈਕਟ ਓਵਰ ਸੀਜ਼ ਨੂੰ ਵੀ ਕਾਲ ਕਰਕੇ ਤੁਸੀਂ ਸਹੀ ਗਾਈਡੈਂਸ ਲੈ ਸਕਦੇ ਹੋ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਸਕਰੀਨ ਤੇ ਜੋ ਨੰਬਰ ਡਿਸਪਲੇ ਹੋ ਰਿਹਾ ਹੈ ਇਸ ਉੱਪਰ ਕਾਲ ਕਰ ਸਕਦੇ ਹੋ ਤੇ ਹੋਰ ਜਾਣਕਾਰੀ ਲੈ ਕੇ ਇਸੇ ਤਰੀਕੇ ਤੁਹਾਡੇ ਨਾਲ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤੇ ਅੱਗੋ ਵੀ ਹੋਰ ਕਈ ਕੰਟਰੀਜ਼ ਬਾਰੇ ਅਗਲੀ ਵੀਡੀਓਜ਼ ਵਿੱਚ ਤੁਹਾਡੇ ਨਾਲ ਗੱਲ ਕਰਦੇ ਰਵਾਂਗੇ ਤੇ ਜ਼ਰੂਰ ਬਣੇ ਰਹੋ ਜੀ ਸਾਡੇ ਨਾਲ ਵੀਡੀਓਜ਼ ਦੇ ਨਾਲ ਤਾਂ ਕਿ ਸਹੀ ਜਾਣਕਾਰੀ ਸਹੀ ਸਮੇਂ ਤੇ ਹਰੇਕ ਅਪਡੇਟ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਤੇ ਇਸਨਾਲੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ ਧੰਨਵਾਦ